ਇੱਕ ਗੱਲ ਦੇਖੋ ਤੁਸੀਂ, ਕਿੰਨਾ ਰੁੱਖ ਲੱਗਿਆ ਹੋਇਆ ਆ। ਜਾਣੀ ਰੁੱਖ ਮਨੁੱਖ ਨੂੰ ਵੱਧ ਤੋਂ ਵੱਧ ਲਾਉਣੇ ਚਾਹੀਦੇ ਨੇ, ਕਿਉਂਕਿ ਰੁੱਖ ਤੇ ਮਨੁੱਖ ਦਾ ਗਹਿਰਾ ਸੰਬੰਧ ਆ। ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ। ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਆਏ ਹੋਏ ਹਾਂ ਚੰਡੀਗੜ੍ਹ 17 ਸੈਕਟਰ ਜੀ। ਇਹ ਜਿਹੜਾ ਤੁਸੀਂ ਥੀਏਟਰ ਦੇਖ ਰਹੇ ਹੋ ਨਾ, ਨੀਲਮ ਥੀਏਟਰ ਆ, ਇਹ ਸੈਕਟਰ 17 ਦੇ ਵਿੱਚ ਆ। ਇਹ ਕਿਸੇ ਸਮੇਂ ਨਾ ਇਹਨਾਂ ਥੀਏਟਰਾਂ ਦੇ ਮੂਹਰੇ ਮੇਲੇ ਵਰਗਾ ਮਾਹੌਲ ਹੁੰਦਾ ਸੀਗਾ। ਲੰਬੀਆਂ ਲੰਬੀਆਂ ਲਾਈਨਾਂ ਲੱਗਦੀਆਂ ਹੁੰਦੀਆਂ ਸੀਗੀਆਂ ਟਿਕਟ ਲੈਣ ਲਈ। ਕਈ ਬੰਦੇ ਉਦੋਂ ਬਲੈਕ ਦੇ ਵਿੱਚ ਟਿਕਟ ਵੇਚਦੇ ਹੁੰਦੇ ਸੀ। ਅਸੀਂ ਕਹਿਣਾ ਨਹੀਂ ਯਾਰ, ਬਲੈਕ ਦੇ ਵਿੱਚ ਟਿਕਟ ਨਹੀਂ ਲੈਣੀ ਹੈਗੀ, ਮਹਿੰਗੀ ਮਿਲਦੀ ਆ, ਲਾਈਨ ਵਿੱਚ ਖੜ੍ਹ ਕੇ ਟਿਕਟ ਲੈਂਦੇ ਹਾਂ। ਜਾਣੀ 200 ਬੰਦਾ ਮੂਹਰੇ ਖੜ੍ਹਾ ਹੁੰਦਾ ਸੀਗਾ, ਫਿਰ ਟਿਕਟ ਮਿਲਣੀ, ਫਿਰ ਭੱਜ ਕੇ ਅੰਦਰ ਨੂੰ ਜਾਣਾ ਆ ਵੀ ਯਾਰ ਸੀਟ ਦੇ ਉੱਤੇ ਜਾ ਕੇ ਵਧੀਆ ਅਤੇ ਬਹਿ ਜਾਈਏ ਅਸੀਂ। ਜਾਣੀ ਇੱਕ ਚਾਅ ਹੁੰਦਾ ਸੀ ਇਹਨਾਂ ਥੀਏਟਰਾਂ ਦੇ ਵਿੱਚ ਫਿਲਮ ਦੇਖਣ ਦਾ। ਬੇਸ਼ੱਕ ਮੌਲ ਬਣ ਗਏ ਨੇ, ਵੱਡੇ ਵੱਡੇ ਥੀਏਟਰ ਬਣ ਗਏ ਨੇ ਉਹਨਾਂ ਦੇ ਵਿੱਚ, ਪਰ ਜਿਹੜਾ ਆਨੰਦ ਇਹਨਾਂ ਦੇ ਵਿੱਚ ਆਉਂਦਾ ਸੀ, ਫਿਲਮ ਦੇਖ ਕੇ ਸਕੂਨ ਆਉਂਦਾ ਸੀ, ਖੁਸ਼ੀ ਮਿਲਦੀ ਸੀ, ਉਹਨਾਂ ਦੇ ਵਿੱਚ ਉਹ ਖੁਸ਼ੀ ਜਾਂ ਸਕੂਨ ਨਹੀਂ ਮਿਲਦਾ ਹੈਗਾ। ਉਸ ਸਮੇਂ ਦੇਖੋ ਇਹਨਾਂ ਦੇ ਵਿੱਚ ਕਿੰਨੀ ਚਹਿਲ ਪਹਿਲ ਕਦਮੀ ਹੁੰਦੀ ਸੀਗੀ, ਅੱਜ ਇਹ ਸ਼ਾਂਤ ਪਏ ਨੇ। ਸਾਡੀ ਇੱਥੇ ਵੀਰ ਨਾਲ ਇੱਕ ਨਾਲ ਗੱਲ ਵੀ ਹੋਈ, ਅਸੀਂ ਉਹਨੂੰ ਪੁੱਛਿਆ ਵੀ ਇਹਨੂੰ ਚਲਾਉਣ ਦਾ ਕੋਈ ਹੈਗਾ ਕਿ ਨਹੀਂ। ਵੀਰ ਕਹਿੰਦਾ ਸਾਡੀ ਗੱਲ ਤਾਂ ਚੱਲਦੀ ਆ ਵੀ ਅਸੀਂ ਚਲਾਉਣ ਨੂੰ ਫਿਰਦੇ ਹਾਂ, ਬਾਕੀ ਦੇਖਦੇ ਹਾਂ। ਕਹਿੰਦਾ ਵੀ ਸਮਾਂ ਕੀ ਕਹਿੰਦਾ ਆ। ਜਾਣੀ ਕਈ ਬੰਦੇ ਜਿਹੜੇ ਇਹਨਾਂ ਦੇ ਵਿੱਚ ਫਿਲਮ ਦੇਖਦੇ ਰਹੇ ਨੇ, ਇਹਨਾਂ 'ਚ ਆਨੰਦ ਮਾਣਦੇ ਰਹੇ ਨੇ, ਉਹ ਬੰਦੇ ਅੱਜ ਵੀ ਇੱਥੇ ਆਉਂਦੇ ਨੇ, ਇਹਨਾਂ ਦੇ ਮੂਹਰੇ ਖੜ੍ਹ ਕੇ ਫੋਟੋਆਂ ਖਿਚਾਉਂਦੇ ਨੇ, ਉਸ ਸਮੇਂ ਨੂੰ ਯਾਦ ਕਰਦੇ ਨੇ। ਜਦੋਂ ਨਾ ਚੰਡੀਗੜ੍ਹ ਬਣਿਆ ਆ, ਇਹ ਉਦੋਂ ਦਾ ਥੀਏਟਰ ਬਣਿਆ ਹੋਇਆ ਆ, ਬਹੁਤ ਪੁਰਾਣਾ ਥੀਏਟਰ ਆ ਇਹ। ਇਹ ਆ ਜੀ ਇੰਡੀਅਨ ਕੌਫੀ ਹਾਊਸ। ਕਹਿੰਦੇ ਜਦੋਂ ਚੰਡੀਗੜ੍ਹ ਸਟੈਬਲਿਸ਼ ਹੋਇਆ ਨਾ, ਉਦੋਂ ਇਹ ਇਸ ਜਗ੍ਹਾ 'ਤੇ ਮੌਜੂਦ ਸੀ ਅਤੇ ਅੱਜ ਵੀ ਮੌਜੂਦ ਆ ਜੀ। ਇਹ ਵੱਡੇ ਵੱਡੀਆਂ ਹਸਤੀਆਂ ਇਸ ਜਗ੍ਹਾ 'ਤੇ ਆਉਂਦੀਆਂ ਨੇ ਜੀ, ਕੌਫੀ ਪੀਂਦੀਆਂ ਨੇ। ਇੱਕ ਗੱਲ ਹੋਰ ਜਿਹੜੀ ਹੈ ਨਾ, ਇਹਨਾਂ ਦੇ ਯੂਨੀਫਾਰਮ ਪਾਈ ਹੁੰਦੀ ਆ, ਇਹ 90s ਦੀ ਯੂਨੀਫਾਰਮ ਆ ਇਹ। ਅੱਜ ਵੀ ਬੰਦੇ ਉਹੀ ਯੂਨੀਫਾਰਮ ਪਾਉਂਦੇ ਨੇ। ਇਹ ਜਿਹੜੀ ਇਹਨਾਂ ਦੀ ਯੂਨੀਫਾਰਮ ਆ, ਇਹ ਕਹਿੰਦੇ ਵੀ ਰਾਸ਼ਟਰਪਤੀ ਦੁਆਰਾ ਦਿੱਤੀ ਗਈ ਯੂਨੀਫਾਰਮ ਆ ਇਹ, ਉਸੇ ਤਰ੍ਹਾਂ ਬੰਦੇ ਅੱਜ ਵੀ ਆਉਂਦੇ ਨੇ ਜੀ ਇਹ। ਕੋਲਡ ਕੌਫੀ ਵੀ ਇਹ ਬੰਦੇ ਬਹੁਤ ਵਧੀਆ ਬਣਾਉਂਦੇ ਨੇ ਜੀ। ਇਹਨਾਂ ਦਾ ਨਾ ਇਡਲੀ ਅਤੇ ਡੋਸਾ ਵੀ ਬਹੁਤ ਮਸ਼ਹੂਰ ਆ। ਜਿਹੜਾ ਐਕਚੁਅਲੀ ਟੇਸਟ ਆ ਉਹਦਾ ਸਾਊਥ ਦੇ ਟੇਸਟ ਵਰਗਾ ਟੇਸਟ ਆ। ਜਾਣੀ ਇਸ ਜਗ੍ਹਾ 'ਤੇ ਨਾ ਉਹੀ ਟੇਸਟ ਸਾਨੂੰ ਮਿਲ ਜਾਂਦਾ ਆ ਜੀ। ਇਹ ਆ ਜੀ ਅਭਿਨੇਤਰੀ ਮਾਧੁਰੀ ਦੀਕਸ਼ਿਤ ਦੀ ਲੱਗੀ ਹੋਈ ਫੋਟੋ ਜੀ। ਜਿਹੜਾ ਇਹਨਾਂ ਦਾ ਫਰਨੀਚਰ ਵਗੈਰਾ ਨਾ, ਉਹ ਥੋੜ੍ਹਾ ਓਲਡ ਲੱਗਦਾ ਆ, ਪਰ ਟੇਸਟ ਇਹਨਾਂ ਦਾ ਔਸਮ ਆ ਜੀ, ਬਹੁਤ ਵਧੀਆ ਆ। ਆਪਣੇ ਪਰਿਵਾਰ ਸਮੇਤ ਇੱਥੇ ਆਓ ਜੀ, ਬੈਠੋ, ਕੌਫੀ ਦਾ ਆਨੰਦ ਲਵੋ, ਕੁਛ ਖਾਣਾ ਖਾ ਸਕਦੇ ਹੋ। ਕਈ ਚੀਜ਼ਾਂ ਬਣਾਉਂਦੇ ਨੇ ਇਹ ਬੰਦੇ। ਸਭਪ੍ਰੀਤ ਨੇ ਔਡਰ ਕੀਤੀ ਆ ਕੋਲਡ ਕੌਫੀ, ਅਤੇ ਆਪਾਂ ਪੀਵਾਂਗੇ ਜੀ ਹੌਟ ਕੌਫੀ। ਆ ਜਾਓ ਪੀਂਦੇ ਹਾਂ ਜੀ ਆਪਾਂ ਸਾਰੇ ਰਲ ਕੇ। ਕੌਫੀ ਦੇ ਵਿੱਚ ਕਿੰਨੀ ਮਿਠਾਸ ਕਰਨੀ ਆ, ਇਹ ਤੁਹਾਡੀ ਆਪਣੀ ਚੁਆਇਸ ਆ ਜੀ। ਚੰਡੀਗੜ੍ਹ ਦੀ ਸ਼ਾਨ, ਨੀਲਮ ਥੀਏਟਰ ਅਤੇ ਇੰਡੀਅਨ ਕੌਫੀ ਹਾਊਸ ਦੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਵਿੱਚ ਜ਼ਰੂਰ ਦੱਸਿਓ। ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।